ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਕਿਸੇ ਤਲਾਬ ਜਾਂ ਛੱਪੜ ਦੀਆਂ ਨਹੀਂ ਸਗੋਂ ਨਾਭਾ ਦੇ ਸਰਕਾਰੀ ਰਿਪੂ ਦਮਨ ਕਾਲਜ ਦੀਆਂ ਨੇ ਜਿੱਥੇ ਦਾ ਗਰਾਊਂਡ ਹੁਣ ਪਾਣੀ ਪਾਣੀ ਹੋਇਆ ਪਿਆ। ਜਦੋਂ ਵੀ ਨਾਭਾ ਸ਼ਹਿਰ ਦੇ ਵਿੱਚ ਬਾਰਿਸ਼ ਆਉਂਦੀ ਹੈ ਤਾਂ ਇਸ ਗਰਾਊਂਡ ਦੇ ਵਿੱਚ ਸਭ ਤੋਂ ਪਹਿਲਾਂ ਪਾਣੀ ਭਰ ਜਾਂਦਾ ਹੈ, ਜਿਸ ਕਰਕੇ ਖਿਡਾਰੀਆਂ ਨੂੰ ਘੱਟੋ ਘੱਟ 10 ਦਿਨ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਕਿਉਂਕਿ ਪਾਣੀ 1.5 ਤੋਂ ਲੈ ਕੇ 2 ਫੁੱਟ ਤੱਕ ਗਰਾਊਂਡ ਦੇ ਵਿੱਚ ਖੜ ਗਿਆ। ਭਾਵੇਂ ਕਿ ਨਗਰ ਕੌਂਸਲ ਦੇ ਕਰਮਚਾਰੀ ਪਿਛਲੇ 2 ਦਿਨਾਂ ਤੋਂ ਗਰਾਊਂਡ ਦੇ ਵਿੱਚੋਂ ਪਾਣੀ ਕੱਢ ਰਹੇ ਨੇ ਪਰ ਤਾਂ ਵੀ ਉਹ ਬੇਵਸ ਨੇ। ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਕਿ ਅਸੀਂ ਪਾਣੀ ਕੱਢ ਰਹੇ ਹਾਂ ਪਰ ਇਹ ਪਾਣੀ 15 ਅਗਸਤ ਤੱਕ ਨਹੀਂ ਨਿਕਲਣਾ। ਸ਼ਹਿਰ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਤਾਂ ਜੋ ਸ਼ਹਿਰ ਦਾ ਇਕਲੌਤਾ ਗਰਾਊਂਡ ਖਿਡਾਰੀਆਂ ਦੀ ਸਹੂਲਤ ਲਈ ਖੇਡਣ ਯੋਗ ਹੋਵੇ। ਪਰ ਹੁਣ ਇਹ ਗਰਾਊਂਡ ਤਲਾਅ ਦਾ ਰੂਪ ਧਾਰਨ ਕਰ ਚੁੱਕਿਆ ਹੈ। ਭਾਵੇਂ ਨਗਰ ਕੌਂਸਲ ਦੇ ਕਰਮਚਾਰੀ ਪਾਣੀ ਨੂੰ ਕੱਢਣ ਲਈ ਜੱਦੋ ਜਹਿਦ ਕਰ ਰਹੇ ਨੇ ਪਰ ਗਰਾਊਂਡ ਦੇ ਵਿੱਚੋਂ 1.5 ਤੋਂ ਲੈ ਕੇ 2 ਫੁੱਟ ਤੱਕ ਅਜੇ ਵੀ ਪਾਣੀ ਖੜਾ ਹੈ, ਜਿਸ ਕਰਕੇ ਪਾਣੀ ਦਾ ਨਿਕਲਣਾ ਨਾਮੁਮਕਿਨ ਹੈ। ਸ਼ਹਿਰ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਦਾ ਇੱਕੋ ਗਰਾਊਂਡ ਹੈ, ਜਦੋਂ ਬਾਰਿਸ਼ ਪੈਂਦੀ ਹੈ ਤਾਂ ਸਾਰੇ ਹੀ ਸ਼ਹਿਰ ਦਾ ਪਾਣੀ ਗਰਾਊਂਡ ਦੇ ਵਿੱਚ ਆ ਜਾਂਦਾ ਹੈ ਤੇ ਤਲਾਅ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਸਾਡੇ ਬੱਚਿਆਂ ਨੂੰ ਖੇਡਣ ਲਈ ਬਿਲਕੁਲ ਵੀ ਜਗ੍ਹਾ ਨਹੀਂ ਮਿਲਦੀ। ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਗੁਰਚਰਨ ਸਿੰਘ ਨੇ ਕਿਹਾ ਕਿ ਬੀਤੇ ਦਿਨ ਜੋ ਬਾਰਿਸ਼ ਪਈ ਹੈ ਉਸਦਾ ਪਾਣੀ ਗਰਾਊਂਡ ਦੇ ਵਿੱਚ ਇਕੱਠਾ ਹੋ ਗਿਆ, ਜਿਸ ਕਰਕੇ 15 ਅਗਸਤ ਦਾ ਦਿਹਾੜਾ ਇਸ ਗਰਾਊਂਡ ਦੇ ਵਿੱਚ ਨਹੀਂ ਮਨਾਇਆ ਜਾਵੇਗਾ ਬਲਕਿ ਕਿਧਰੇ ਹੋਰ ਜਗ੍ਹਾ ਤੇ ਮਨਾਇਆ ਜਾਵੇਗਾ। ਸਰ, ਇਹ ਜਿਹੜੀ ਪ੍ਰੋਬਲਮ ਹੈ ਅੱਜ ਦੀ ਨਵੀਂ ਦੀ, ਇਹ ਬੜੇ ਸਾਲਾਂ ਤੋਂ ਪ੍ਰੋਬਲਮ ਚੱਲਦੀ ਆਉਂਦੀ ਹੈ, ਪਰ ਹਰ ਇੱਕ ਜਿਹੜੀ ਗੌਰਮੈਂਟ ਹੈ, ਹਰ ਇੱਕ ਜਿਹੜੀ ਪਾਰਟੀ ਹੈ, ਉਹ ਹੀ ਕਹਿੰਦੀ ਵੀ ਅਸੀਂ ਇਹਦਾ ਮਸਲੇ ਦਾ ਹੱਲ ਕੱਢਾਂਗੇ। ਹੁਣ ਉੱਥੇ ਸਭ ਤੋਂ ਵੱਡੀ ਗੱਲ ਹੈ ਵੀ ਬੱਚੇ ਸਾਰੇ ਖੇਡਣ ਆਉਂਦੇ ਨੇ, ਨਾਲ ਹੀ ਜਿਹੜੇ ਸਮਾਰੋਹ ਨੇ, ਸਰਕਾਰੀ ਸਮਾਰੋਹ ਵੀ ਨੇ, ਉੱਥੇ ਮਨਾਏ ਜਾਂਦੇ ਨੇ, ਪਰ ਜਦੋਂ ਵੀ ਬਰਸਾਤ ਹੁੰਦੀ ਹੈ ਸਾਰਾ ਪਾਣੀ ਆਲੇ ਦੁਆਲੇ ਦਾ ਉੱਥੇ ਇਕੱਠਾ ਹੋ ਜਾਂਦਾ ਅਤੇ ਉਹ ਪਾਣੀ ਹੁੰਦਾ ਵੀ ਗੰਦਾ। ਹੁਣ ਕਈ ਕਈ ਦਿਨ ਉਹ ਸੁੱਕਦਾ ਨਹੀਂ, ਨਾ ਤਾਂ ਉੱਥੇ ਬੱਚੇ ਪ੍ਰੈਕਟਿਸ ਕਰ ਸਕਦੇ, ਨਾ ਖੇਡ ਸਕਦੇ ਨੇ, ਬਾਕੀ ਜਿਹੜੇ ਸਰਕਾਰੀ ਸਮਾਰੋਹ ਨੇ ਉਹ ਨਹੀਂ ਉੱਥੇ ਹੋ ਸਕਦੇ। ਹੁਣ ਗੌਰਮੈਂਟ ਨੂੰ ਇਸ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ। ਪਤਾ ਲੱਗਾ ਵੀ ਫੰਡ ਵੀ ਕੋਈ ਆਏ ਨੇ, ਪਰ ਇਹ ਤਾਂ ਕੋਈ ਹੱਲ ਕੋਈ ਨਹੀਂ। ਮੈਨੂੰ ਪਤਾ ਲੱਗਾ ਵੀ ਸ਼ਾਇਦ ਭਰਤ ਪਾਣਗੇ ਅਤੇ ਉਹਦੇ ਨਾਲ ਜਿਹੜੀ ਸਮੱਸਿਆ ਇਹ ਹੱਲ ਹੋ ਜਾਏਗੀ। ਹੁਣ ਸਾਡੇ ਬੱਚਿਆਂ ਨੂੰ ਲੈ ਕੇ ਜਾਂਦੇ ਸੀ ਉੱਥੇ ਖੇਡਣ ਵਾਸਤੇ, ਉੱਥੇ ਪਾਣੀ ਭਰਿਆ ਹੁੰਦਾ, ਕਿੰਨੇ ਕਿੰਨੇ ਦਿਨ ਖਾਲੀ ਨਹੀਂ ਹੁੰਦਾ, ਫਿਰ ਚਿੱਕੜ ਹੁੰਦਾ, ਅਤੇ ਉਹ ਹੱਲ ਕੋਈ ਨਿਕਲ ਨਹੀਂ ਰਿਹਾ ਇੰਨੇ ਸਾਲਾਂ। ਜਿਵੇਂ ਪਾਣੀ ਖੜ ਗਿਆ ਉਹਨਾਂ ਦਾ ਬਿਮਾਰੀਆਂ ਫੈਲਣ ਦਾ ਵੀ ਡਰ ਹੈ। ਹਾਂਜੀ ਹਾਂ, ਬੱਚੇ ਜਾਂਦੇ ਨੇ ਫਿਰ ਉੱਥੇ ਡਾਇਰੀਆ ਹੁੰਦਾ ਹੈ ਕਿਉਂਕਿ ਆਲੇ ਦੁਆਲੇ ਮੁਸ਼ਕ ਫੈਲਦੀ ਹੈ, ਇਕੱਲਾ ਪਾਣੀ ਨਹੀਂ ਹੁੰਦਾ, ਨਾਲ ਉਹਦੇ ਨਾਲ ਕੂੜਾ ਕਰਕਟ ਵੀ ਅੰਦਰ ਜਾਂਦਾ, ਨਾਲ ਜਿਹੜਾ ਬੱਚੇ ਨੇ ਉਹਨਾਂ ਦੀ ਸਿਹਤ 'ਤੇ ਪ੍ਰਭਾਵ ਹੈ, ਡਾਇਰੀਆ ਫੈਲ ਜਾਂਦਾ, ਇੰਨੀਆਂ ਦਿੱਕਤਾਂ ਆਉਂਦੀਆਂ ਨੇ, ਬੁਖਾਰ ਹੋ ਜਾਂਦਾ। ਪਰ ਸੱਟ ਫੇਟ ਜਦੋਂ ਹੁਣ ਤਿਲਕ ਜਾਂਦੇ ਨੇ, ਬੱਚੇ ਨੂੰ ਸੱਟ ਵੱਜਣ ਦੀ ਵੀ ਡਰ ਹੈ ਕਿਉਂਕਿ ਬੱਚੇ ਗਰਾਊਂਡ ਜਾਂਦੇ ਨੇ ਖੇਡਣ ਵਾਸਤੇ। ਚਲੋ ਘੱਟੋ ਘੱਟ ਸਾਡੇ ਹੋਰ ਨਹੀਂ ਕੁਝ ਹੋ ਸਕਦਾ, ਇਹਦਾ ਪਾਣੀ ਕੱਢ ਕੇ ਇਹਦੀ ਭਰਤ ਪਵਾ ਕੇ ਜੋ ਵੀ ਹੈਗਾ ਆਮ ਲੋਕਾਂ ਨੂੰ ਸਹੂਲਤ ਮਿਲੇ। ਹੋਰ ਆਪਣੇ ਕੋਲ ਨਾਭੇ 'ਚ ਹੋਰ ਵੀ ਗਰਾਊਂਡ ਨੇ, ਮੈਂ ਮੰਗ ਕਰਦਾ ਜੀ ਵੀ ਸਰਕਾਰ ਜਾਂ ਪ੍ਰਸ਼ਾਸਨ ਜਿਹੜਾ ਉਹ ਛੇਤੀ ਤੋਂ ਛੇਤੀ ਇਹ ਸਮੱਸਿਆ ਹੱਲ ਕਰੇ ਅਤੇ ਭਰਤ ਪਵਾ ਕੇ ਇਹਨੂੰ ਗਰਾਊਂਡ ਨੂੰ ਪ੍ਰੋਪਰ ਬਣ ਜੇ, ਅਤੇ ਇੱਥੇ ਜਿਹੜੇ ਕਿ ਸਾਡੇ ਨਾਭੇ ਦੀ ਸ਼ਾਨ ਬਣਦੀ ਹੈ। ਹੋਰ ਵੀ ਬਹੁਤ ਵਧੀਆ ਗਰਾਊਂਡ, ਬਹੁਤ ਵਧੀਆ, ਕੋਈ ਮਾੜਾ ਨਹੀਂ, ਪਰ ਜੇ ਉਹਨੂੰ ਅਸੀਂ ਰੱਖ ਰਖਾਵ ਸਹੀ ਕਰਾਂਗੇ ਤਾਂ ਸਾਡੇ ਨਾਭੇ ਦੀ ਸ਼ਾਨ ਬਣਦੀ, ਸਾਡੇ ਲੋਕਾਂ ਦੀ ਸ਼ਾਨ ਬਣਦੀ ਹੈ, ਉਹਦੇ ਵਿੱਚ ਪ੍ਰਸ਼ਾਸਨ ਦੀ ਵੀ ਬੱਲੇ ਬੱਲੇ ਹੈ ਅਤੇ ਬਾਕੀ ਸਾਡੇ ਜਿਹੜੇ ਨੇਤਾ ਲੋਕ ਨੇ ਉਹਨਾਂ ਦੀ ਬੱਲੇ ਬੱਲੇ। ਇਹ ਇੱਥੇ ਜੀ ਦੇਖੋ, ਅਸੀਂ ਵੀ ਅੱਗੇ ਆਉਂਦੇ ਹੀ ਹਾਂ ਇੱਥੇ ਖੇਡਣ, ਸ਼ਾਮ ਨੂੰ ਰੇਸ ਰੂਸ ਲਾਉਣ ਆ ਜਾਂਦੇ ਹਾਂ, ਅਤੇ ਬਾਕੀ ਵੀ 15 ਅਗਸਤ ਦੇ ਪ੍ਰੋਗਰਾਮ ਵੀ ਹੁੰਦੇ ਰਹਿੰਦੇ ਨੇ ਇੱਥੇ, ਹੈ ਨਾ, ਹੋਰ ਵੀ ਖੇਡਾਂ ਅਗਰ ਕਾਲਜ ਦੀਆਂ ਵੀ ਹੁੰਦੀਆਂ ਰਹਿੰਦੀਆਂ ਨੇ, ਪਰ ਇਹਦੇ ਤਾਂ ਕੋਈ ਪ੍ਰਬੰਧ ਨਹੀਂ ਹੋ ਰਿਹਾ। ਹੁਣ ਮੀਂਹ ਪਿਆ ਥੋੜ੍ਹਾ ਜਿਹਾ, ਥੋੜ੍ਹੇ ਜਿਹੇ ਮੀਂਹ ਨਾਲੇ ਭਰ ਜਾਂਦਾ ਇੱਥੇ, ਬਾਕੀ ਵੀ ਸ਼ਹਿਰ ਦਾ ਪਾਣੀ ਇੱਥੇ ਨਵਿਆਣ ਹੈ ਤਾਂ ਇੱਧਰ ਨੂੰ ਆ ਜਾਂਦਾ,
ਅਤੇ ਉਹਦੇ ਕਰਕੇ ਇੱਥੇ ਬੜੀ ਦਿੱਕਤ ਆਉਂਦੀ ਹੈ। ਹੁਣ ਪ੍ਰੋਗਰਾਮ ਵੀ ਕਰਨਾ ਹੈ, ਪਤਾ ਨਹੀਂ ਕਿੱਥੇ ਕਰਨਗੇ, ਹੁਣ ਕੀ ਹਿਸਾਬ ਕਿਤਾਬ ਹੈ, ਪਰ ਪ੍ਰਸ਼ਾਸਨ ਨੂੰ ਚਾਹੀਦਾ ਥੋੜ੍ਹਾ ਬਹੁਤਾ ਧਿਆਨ ਦਿੱਤਾ ਜਾਵੇ, ਇਹਦਾ ਪ੍ਰਬੰਧ ਕੀਤਾ ਜਾਵੇ ਕੋਈ ਨਾ ਕੋਈ। ਇੱਕ ਸ਼ਹਿਰ ਜਿਹੜਾ ਹੈਗਾ ਗਰਾਊਂਡ ਆ ਨਾਭੇ ਦਾ ਜੀ, ਮੇਨ ਗਰਾਊਂਡ ਇਹੀ ਹੈ ਜੀ। ਹਾਂ, ਬਾਕੀ ਛੋਟੇ ਮੋਟੇ ਹੋਰ ਹੈਗੇ ਨੇ, ਪਰ ਮੇਨ ਗਰਾਊਂਡ ਇਹੀ ਹੈ ਜਿੱਥੇ ਪ੍ਰੋਗਰਾਮ ਕਾਫੀ ਹੁੰਦੇ ਰਹਿੰਦੇ ਨੇ, ਖੇਡਾਂ ਵੀ ਹੁੰਦੀਆਂ ਰਹਿੰਦੀਆਂ ਨੇ, ਬਾਕੀ ਰੋਜ਼ਮਰ੍ਹਾ ਜਿਵੇਂ ਆਮ ਪਬਲਿਕ ਇੱਥੇ ਆਉਂਦੀ ਰਹਿੰਦੀ ਹੈ ਸ਼ਾਮ ਸਵੇਰੇ। ਸਟੂਡੈਂਟ ਦਾ ਹੁਣ ਨੁਕਸਾਨ ਹੀ ਹੈ ਜੀ, ਮੰਨ ਲਓ ਹੁਣ ਉਹਨਾਂ ਨੇ ਪ੍ਰੈਕਟਿਸ ਕਰਨੀ ਹੈ ਰੋਜ਼ ਦੀ, ਆਪਣਾ ਸਵੇਰੇ ਸ਼ਾਮ ਉਹ ਪ੍ਰੈਕਟਿਸ ਕਰਦੇ ਨੇ, ਕੋਈ ਕ੍ਰਿਕਟ ਖੇਡਦਾ, ਕੋਈ ਫੁੱਟਬਾਲ ਹੈ, ਕੋਈ ਰਨਿੰਗ ਕਰਦਾ, ਕੁਛ ਵੀ ਹੈ, ਉਹ ਹੁਣ ਇੱਥੇ ਨਹੀਂ ਆ ਸਕਣਗੇ। ਇਹ ਘੱਟੋ ਘੱਟ ਇਹਨੂੰ 8-10 ਦਿਨ ਮਿਨੀਮਮ ਘੱਟੋ ਘੱਟ ਲੱਗ ਜਾਣੇ ਇਹਨੂੰ ਸਹੀ ਹੋਣ ਨੂੰ, ਉਹਦੇ ਕਰਕੇ ਪ੍ਰੋਬਲਮ ਹੀ ਪ੍ਰੋਬਲਮ ਆ ਸਾਰਿਆਂ ਨੂੰ ਇੱਥੇ ਜੀ। ਅਸੀਂ ਜਿਹੜੇ ਕੱਲ੍ਹ ਦੇ ਲੱਗੇ ਪਏ ਹਾਂ, ਅਤੇ ਸਾਡੀ ਪੂਰੀ ਕੋਸ਼ਿਸ਼ ਹੈ, ਈਓ ਸਾਹਿਬ ਦੇ ਦਿਸ਼ਾ ਨਿਰਦੇਸ਼ ਅਸੀਂ ਉਰੇ ਲੱਗੇ ਪਏ ਹਾਂ, ਅਤੇ ਕੱਲ੍ਹ ਸੀ ਸ਼ਾਮ ਨੂੰ ਅਸੀਂ ਬਗੈਰ ਰੋਟੀ ਪਾਣੀ ਖਾਏ ਉਰੇ ਸਾਰੇ ਕੰਮਾਂ ਨੂੰ ਛੱਡ ਕੇ ਉਰੇ ਪਾਣੀ ਕੱਢਣ ਲੱਗੇ ਪਏ ਹਾਂ। ਕੋਸ਼ਿਸ਼ ਸਾਡੀ ਇਹ ਹੈ ਵੀ ਨਿਕਲ ਜੇ ਪ੍ਰੋਗਰਾਮ ਜੋ ਕਿ ਹੋਏ ਉਰੇ, ਪਰ ਬਾਕੀ ਜੋ ਪਰਮਾਤਮਾ ਨੂੰ ਮਨਜ਼ੂਰ ਹੋ ਗਿਆ ਜੀ। ਉਮੀਦ ਤਾਂ ਲੱਗਦੀ ਜਿਵੇਂ ਪਾਣੀ ਕਾਫੀ, ਪਾਣੀ ਬਹੁਤ ਹੈ ਜੀ, ਬਹੁਤ ਪਾਣੀ ਹੈ ਵੀ ਜਿੰਨਾ ਵੀ, ਜਿਵੇਂ ਕਿ ਅੱਜ ਤਰੀਕ ਦੇਖ ਲਓ 13 ਤਰੀਕ ਹੋ ਗਈ ਹੈ, 2 ਦਿਨ ਹੈ ਵਿੱਚ, 2 ਦਿਨਾਂ ਵਿੱਚ ਸੁੱਕਣਾ ਨਹੀਂ ਸੁੱਕਣਾ, ਕਿਵੇਂ ਸੁੱਕੂਗਾ, ਧੁੱਪ ਵੀ ਨਹੀਂ ਹੈਗੀ, ਪੋਸੀਬਲ ਹੈਗਾ ਸੁੱਕਣ ਦਾ ਕੋਈ ਚਾਂਸ ਹੈ? ਇਸ ਦੇ ਬਾਰੇ ਕੀ ਕਹਿ ਸਕਦੇ ਹਾਂ, ਜੇ ਤਾਂ ਮੌਸਮ ਬਦਲ ਜਾਏ, ਵੈਸੇ ਤਾਂ ਪਹਿਲਾਂ ਸਭ ਤੋਂ ਬੜਾ ਜਿਹੜਾ ਵੀ ਪਾਣੀ ਉੱਤਰ ਜੇ, ਪਾਣੀ ਵੀ ਕਾਫੀ ਖੜਾ, 2-2 ਫੁੱਟ 3-3 ਫੁੱਟ ਤਾਂ ਹੋਊਗਾ ਅੰਦਰ ਵਿੱਚ ਜਿਹੜਾ ਹੈਗਾ। ਹਾਂ ਵੀ ਜੇ 1.5 ਫੁੱਟ ਘੱਟੋ ਘੱਟ ਹੈਗਾ ਜੀ ਪਾਣੀ ਦੇ ਵਿੱਚ, ਉਹਨਾਂ ਨੂੰ ਟਾਈਮ ਤਾਂ ਲੱਗੇਗੀ ਉੱਥੋਂ ਨੂੰ। ਸਮੈਲ ਵੀ ਆਉਣ ਲੱਗ ਗਈ ਪਾਣੀ ਜੀ? ਪਾਣੀ ਜਦੋਂ ਖੜਦਾ ਜੀ ਫਿਰ ਬਰਸਾਤੀ ਪਾਣੀ ਹੈ, ਸਮੈਲ ਤਾਂ ਆਏਗੀ ਉਹ, ਫਿਰ ਨਦੀ ਨਾਲਿਆਂ ਨੂਲਿਆਂ ਦਾ ਸਾਰਾ ਆ ਜਾਂਦਾ ਨਾ, ਜਦ ਗਰਾਊਂਡ ਹੈਗਾ ਨੀਵਾਂ ਨੀਵਾਂ ਹੋਣ ਕਰਕੇ ਇਹ ਪਾਣੀ ਸਾਰਾ ਇੱਧਰੋਂ ਆ ਜਾਂਦਾ। ਫਿਰ ਤੁਸੀਂ ਮੋਟਰ ਵਗੈਰਾ ਵੀ ਲਾਈ ਸੀ ਕੱਲ੍ਹ? ਅਸੀਂ ਮੋਟਰ ਵੀ ਲਾਈ ਸੀ, ਇੰਜਨ ਨਾਲ ਵੀ ਕੱਢਿਆ ਸੀ, ਪਰ ਇੰਜਨ ਨਾਲੋਂ ਜ਼ਿਆਦਾ ਪਾਣੀ ਅਸੀਂ ਸੀਵਰੇਜ ਦੇ ਵਿੱਚ ਸੁੱਟਿਆ ਹੈ, ਸੀਵਰੇਜ ਦੀ ਵੀ ਬਹੁਤ ਸੀਵਰੇਜ ਪਾਣੀ ਖਿੱਚ ਰਿਹਾ, ਕਾਫੀ ਪਾਣੀ ਸੀਗਾ, ਘੱਟੋ ਘੱਟ ਵੀ 2-1.5 ਫੁੱਟ ਪਾਣੀ ਕੱਲ੍ਹ ਉੱਤਰ ਗਿਆ, ਕਾਫੀ ਜ਼ਿਆਦਾ ਸੀ ਕੱਲ੍ਹ। ਅਤੇ ਫਿਰ 15 ਅਗਸਤ ਦਾ ਦਿਹਾੜਾ ਤਾਂ ਫਿਰ ਮੰਡੀ ਵਿੱਚ ਬਣਾਇਆ ਜਾਊਗਾ, ਇੱਥੇ ਤਾਂ ਉਮੀਦ ਹੈ ਹੀ ਨਹੀਂ ਹੁਣ ਤਾਂ ਬਿਲਕੁਲ। ਦੇਖੋ ਲੱਗਦਾ ਤਾਂ ਜੇ ਤੁਸੀਂ ਕਹਿ ਰਹੇ ਹੋ, ਮੈਨੂੰ ਵੀ ਇਹੀ ਲੱਗਦਾ ਵੀ ਉੱਥੇ ਤੱਕ ਵੀ ਉੱਥੇ ਮਨਾਈ ਜਾਣੀ ਚਾਹੀਦੀ ਹੈ, ਕਿਉਂਕਿ ਸੁੱਕਣਾ ਤਾਂ ਹੈ ਨਹੀਂ ਹੈਗਾ ਇਹ। ਜਿਹੜੇ ਇਹ ਕੰਮ ਕਰ ਰਹੇ ਹੋ ਉਰੇ, ਅਸੀਂ ਘੱਟੋ ਘੱਟ ਜੀ 6-7 ਜਾਂ 8 ਜਣੇ ਲੱਗੇ ਪਏ ਜੀ, ਕੋਈ ਸਫਾਈ ਕਰਮੀ ਵਿਚਾਰੇ ਉਹ ਡੀਕ ਰਹੇ ਵੀ ਸੁੱਕੇ ਤਾਂ ਅਸੀਂ ਝਾੜੋ ਨਾਲ ਕੱਢ ਦਈਏ, ਫਿਰ ਪਾਣੀ ਉਹ ਪੋਜੀਸ਼ਨ 'ਤੇ ਪਹੁੰਚਿਆ ਨਹੀਂ ਹਲੇ ਵੀ। ਕਦ ਤੋਂ ਚੱਲ ਰਿਹਾ ਸਫਾਈ ਦਾ? ਇਹ ਸਫਾਈ ਦਾ ਘੱਟੋ ਘੱਟ ਜੀ 3-4 ਦਿਨ ਹੋ ਗਏ ਜੀ, 3-4 ਦਿਨ ਤੁਸੀਂ ਲੱਗੇ ਪਏ ਅਸੀਂ। ਦੇਖੋ ਇਹ ਜਗ੍ਹਾ ਹੈਗੀ ਆ ਨੀਵੀਂ, ਜਿਹਦੇ ਕਰਕੇ ਇੱਥੇ ਪਾਣੀ ਸ਼ਹਿਰ ਦਾ ਇਕੱਠਾ ਹੋ ਗਿਆ, ਅਤੇ ਉਹ ਹੁਣ ਪਾਣੀ ਅਸੀਂ ਕੱਢਤਾ, ਤਕਰੀਬਨ 90% ਪਾਣੀ ਨਿਕਲ ਚੁੱਕਿਆ। ਬਟ ਜਿਹੜਾ 15 ਅਗਸਤ ਮਨਾਉਣ ਦਾ ਸ਼ਡਿਊਲ ਹੈ, ਉਹ ਰਪਦਮਨ ਕਾਲਜ ਦੇ ਅੰਦਰ ਸਟੇਜ ਹੈਗੀ ਆ, ਉੱਥੇ ਮਨਾਇਆ ਜਾਊਗਾ। ਹਾਂਜੀ, ਜ਼ਰੂਰ ਲੱਗਣਗੇ। ਕਿੰਨੇ ਮੁਲਾਜ਼ਮ ਕੰਮ ਲੱਗੇ? ਮੁਲਾਜ਼ਮ ਹੈਗੇ ਨੇ ਜੀ 6-7 ਮੁਲਾਜ਼ਮ। ਦੇਖੋ ਸ਼ਡਿਊਲ ਚੇਂਜ ਵਜ੍ਹਾ ਇਹ ਵੀ ਹੈ, ਮੇ ਬੀ ਬਾਰਿਸ਼ ਦੇ ਆਸਾਰ ਵੀ ਦੱਸੇ ਜਾ ਰਹੇ ਨੇ ਮੌਸਮ ਵਿਭਾਗ ਵੱਲੋਂ,